ਸੋ ਭਲਿਓ ਮੈਂ ਆਪ ਜੀ ਦੇ ਨਾਲ ਅਰਜ਼ ਕਰਨੀ ਹੈ ਕਿ ਸਿੱਖ ਧਰਮ ਦੇ ਵਿੱਚ ਅਸੀਂ ਰਹਿ ਕੇ ਆਪਣੀ ਆਜੂ ਬਤੀਤ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਓ, ਸਤਿਗੁਰੂ ਦੇ ਚਰਨਾਂ ਵਿੱਚ ਅਰਜ਼ ਕਰੋ, ਦਾਤਾ ਸਾਨੂੰ ਸਿੱਖਿਆ ਬਖਸ਼ਿਸ਼ ਕਰ। ਅੱਜ ਦੇਖੋ ਰੱਖੜੀ ਦਾ ਦਿਨ ਆ ਗਿਆ ਨਾ, ਅਤੇ ਸਿੱਖ ਧਰਮ ਦੇ ਵਿੱਚ ਅਸੀਂ ਇਸ ਰੱਖੜੀ ਨੂੰ, ਤਿਉਹਾਰ ਨੂੰ ਬੜਾ ਉੱਚਾ ਜਿਹੜਾ ਚੁੱਕ ਦਿੱਤਾ ਹੈ। ਪਰ ਇਹ ਜਿਹੜਾ ਸੋਚੋ ਗੁਰਮਤ ਦੇ ਆਧਾਰ 'ਤੇ ਜੇਕਰ ਦੇਖਦੇ ਹਾਂ, ਸਿੱਖ ਧਰਮ ਦੇ ਵਿੱਚ ਰੱਖੜੀ ਜਿਹੜਾ ਇਹ ਸਿੱਖ ਧਰਮ ਦਾ ਜਿਹੜਾ ਤਿਉਹਾਰ ਨਹੀਂ ਹੈਗਾ। ਗੁਰਮਤ ਜਿਹੜਾ ਇਹਦਾ ਚੀਜ਼ਾਂ ਦਾ ਧਾਗਿਆਂ ਦਾ ਖੰਡਨ ਕਰਦਾ ਹੈ। ਪਰ ਇਹਦੇ ਆਧਾਰ 'ਤੇ ਜਦੋਂ ਅਸੀਂ ਦੇਖਦੇ ਹਾਂ ਕਿ ਆਖ ਦਿੰਦੇ ਹਾਂ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਤਸਵੀਰ ਦੇਖਦੇ ਹਾਂ, ਭੈਣ ਨਾਨਕੀ ਜੀ ਉਹਨਾਂ ਦੇ ਗੁੱਟ ਦੇ ਉੱਪਰ ਰੱਖੜੀ ਬੰਨ੍ਹਦੇ ਪਏ ਨੇ, ਭਾਵੇਂ ਇਹੀ ਜਿਹੜਾ ਇਹ ਮੁਨਾਰਾ ਦੇਖ ਲਿਆ। ਸੋ ਮੈਂ ਆਪ ਜੀ ਨੂੰ ਅਰਜ਼ ਕਰਾਂ, ਜਦੋਂ ਅਸੀਂ ਰੱਖੜੀ ਸ਼ਬਦ ਦੇ ਅਰਥ ਦੇਖਦੇ ਹਾਂ, ਰੱਖੜੀ ਸ਼ਬਦ ਦੇ ਅਰਥ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਗ੍ਰੰਥ ਦੇ ਵਿੱਚ ਕੀਤੇ ਹੋਏ ਨੇ, ਰਕਸ਼ਾ ਬੰਧਨ ਭਾਵ ਰੱਖਿਆ ਕਰਨੀ, ਹਿੰਦੀ ਦਾ ਇਹ ਸ਼ਬਦ ਹੈ। ਪਰ ਸਾਡੇ ਮਨ ਦੇ ਵਿੱਚ ਇਹੀ ਹੈ ਕਿ ਭੈਣ ਨਾਨਕੀ ਜੀ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਹੱਥ ਦੇ ਉੱਪਰ ਰੱਖੜੀ ਬੰਨ੍ਹਦੇ ਪਏ ਨੇ, ਅਤੇ ਸਾਡਾ ਜਿਹੜਾ ਮਨ ਉਸੇ ਤਸਵੀਰ ਦੇ ਵਿੱਚ, ਉਸ ਫੋਟੋ ਦੇ ਵਿੱਚ ਹੀ ਜਿਹੜਾ ਵਿਸ਼ਵਾਸ ਪੱਕਾ ਕਰਕੇ ਬੈਠ ਚੁੱਕਾ ਹੈ। ਕਿਉਂ ਅਸੀਂ ਇਹੀ ਆਖਿਆ ਕਿ ਜਿੱਥੇ ਭੈਣ ਬਣਦੀ ਪਈ ਹੈ ਭੈਣ ਨਾਨਕੀ ਗੁਰੂ ਪਾਤਸ਼ਾਹ ਜੀ ਨੂੰ, ਤਾਂ ਰੱਖੜੀ ਪ੍ਰਚਲਿਤ ਹੋਵੇਗੀ। ਪਰ ਇਤਿਹਾਸ ਦੇ ਵਿੱਚ ਕਿਤੇ ਨਹੀਂ ਆਉਂਦਾ ਜੇ, ਇਤਿਹਾਸ ਦੇ ਗ੍ਰੰਥਾਂ ਨੂੰ ਦੇਖ ਲਓ, ਕਿਤੇ ਨਹੀਂ ਇਹ ਵਿਚਾਰ ਲਿਖੀ ਕਿ ਭੈਣ ਨਾਨਕੀ ਨੇ ਗੁਰੂ ਦੇ ਹੱਥ 'ਤੇ ਰੱਖੜੀ ਬੰਨ੍ਹੀ ਹੋਵੇਗੀ। ਇਹ ਤਸਵੀਰ ਜਿਹੜੀ ਇਹ ਬਣਾਈ ਗਈ ਹੈ, ਅਤੇ ਉਹ ਇੱਕ ਤਸਵੀਰ ਜਿਹੜੀ ਇਹ ਫੋਟੋ ਹਰ ਸਾਲ ਜਿਹੜੀ ਇਹ ਮੀਡੀਆ 'ਤੇ ਬਹੁਤ ਵਾਇਰਲ ਹੋ ਜਾਂਦੀ ਹੈ। ਉਹ ਤਸਵੀਰਾਂ ਨੂੰ ਦੇਖ ਕੇ ਅਸੀਂ ਆਪਣੀ ਮਤ ਨੂੰ ਨੀਵਾਂ ਕਰਕੇ, ਗਿਆਨ ਤੋਂ ਸੱਖਣੇ ਰਹਿ ਕੇ, ਅਤੇ ਅਸੀਂ ਇਹ ਜਿਹੜੇ ਆ ਤਿਉਹਾਰਾਂ ਦੇ ਵਿੱਚ ਆਪਣੇ ਮਨ ਜਿਹੜੇ ਟਿਕਾ ਦਿੱਤੇ ਨੇ। ਪਰ ਜਦੋਂ ਇਹ ਇਤਿਹਾਸ ਦੇ ਵਿੱਚ ਦੇਖੋਗੇ, ਇਤਿਹਾਸ ਦੇ ਵਿੱਚ ਇਹ ਜਿਹੜੀ ਘਟਨਾ ਹੈ ਹਮਾਂਜੂ ਦੇ ਸਮੇਂ ਮਿਲਦੀ ਹੈ, ਅਤੇ ਜਦੋਂ ਹਮਾਂਜੂ ਦਾ ਜੀਵਨ ਦੇਖੋਗੇ, ਇਹ ਦੂਸਰੇ ਪਿਤਾ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਂ ਹੋਇਆ ਹੈ। ਇਤਿਹਾਸ ਦੇ ਵਿੱਚ ਇਹ ਘਟਨਾ ਮਿਲਦੀ ਹੈ ਕਿ ਜਦੋਂ ਹਮਾਂਜੂ ਨੇ ਚਿਤੌੜਗੜ੍ਹ ਕਿਲ੍ਹੇ ਦੇ ਉੱਪਰ ਹਮਲਾ ਕਰਨਾ ਸੀ, ਉੱਥੋਂ ਦਾ ਜਿਹੜਾ ਰਾਜਾ ਸੀ ਸਾਖਾ, ਉਹਦੀ ਜਿਹੜੀ ਸੁਪਤਨੀ ਸੀ ਕਰਮਾਵੰਤੀ, ਇਤਿਹਾਸ ਦੇ ਵਿੱਚ ਉਹਦਾ ਨਾਮ ਆਉਂਦਾ ਹੈ, ਕਿ ਉਹਨੇ ਚਿੱਠੀ ਲਿਖੀ ਸੀ ਹਮਾਂਜੂ ਨੂੰ। ਚਿੱਠੀ ਦੇ ਵਿੱਚ ਲਿਖਿਆ ਸੀ ਕਿ ਵੀਰਾ, ਮੈਂ ਤੇਰੀ ਭੈਣ ਹਾਂ, ਮੈਂ ਪੁਕਾਰ ਕਰਦੀ ਹਾਂ, ਸਾਡੇ ਘਰ ਬਾਰ ਜਿਹੜੇ ਆ ਨਾ ਢਾਹ ਪਾ, ਸਾਡੇ 'ਤੇ ਜਿਹੜਾ ਇਹ ਜ਼ੁਲਮ ਨਾ ਕਰੀ, ਭਾਵ ਸਾਡੇ ਦੇ ਉੱਪਰ ਚੜ੍ਹ ਕੇ ਨਾ ਵੀ, ਸਾਡੇ 'ਤੇ ਜਿਹੜਾ ਇਹ ਸਾਨੂੰ ਕੁੱਟ ਮਾਰ ਨਾ ਕਰੀ, ਅਸੀਂ ਆਪਣੇ ਤਰੀਕੇ ਦੇ ਨਾਲ ਵਧੀਆ ਜ਼ਿੰਦਗੀ ਬਤੀਤ ਕਰਦੇ ਪਏ ਹਾਂ। ਅਤੇ ਨਾਲ ਕਹਿੰਦੇ ਨੇ ਇੱਕ ਰੱਖੜੀ ਉਹਨੇ ਭੇਜੀ ਹਮਾਂਜੂ ਦੇ ਕੋਲ। ਜਦੋਂ ਚਿੱਠੀ ਗਈ, ਉਹਨੇ ਚਿੱਠੀ ਪੜ੍ਹੀ, ਅਤੇ ਵਿੱਚ ਜਿਹੜੀ ਇਹ ਉਹਨੇ ਆਪਣੇ ਆਪ ਨੂੰ ਉਹਦੀ ਭੈਣ ਜਿਹੜੀ ਇਹ ਸਮਝ ਕੇ ਵਾਰਤਾਲਾਪ ਲਿਖੀ ਕਿ ਸਾਨੂੰ ਜ਼ਿੰਦਗੀ ਬਤੀਤ ਕਰਨ ਦੇ, ਅਸੀਂ ਵਧੀਆ ਤਰੀਕੇ ਦੇ ਨਾਲ ਜ਼ਿੰਦਗੀ ਬਤੀਤ ਕਰਦੇ ਪਏ ਹਾਂ। ਪਰ ਹਮਾਂਜੂ ਨੇ ਉਹਦੀ ਗੱਲ ਨੂੰ ਪ੍ਰਵਾਨ ਕਰ ਲਿਆ, ਭਾਵ ਇੱਥੋਂ ਜਿਹੜੀ ਵਿੱਧ ਚੱਲੀ ਕਿ ਇਹੀ ਜਿਹੜੀ ਇਹ ਘਟਨਾ ਮਿਲਦੀ ਹੈ। ਪਰ ਜਦੋਂ ਅਸੀਂ ਦੇਖਦੇ ਹਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਂ 'ਤੇ ਹਮਾਂਜੂ ਨਹੀਂ ਹੋਇਆ, ਇਹ ਤਾਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਂ ਵਾਰਤਾਲਾਪ ਹੋ ਰਹੀ ਹੈ। ਜਦੋਂ ਚਿਤੌੜਗੜ੍ਹ ਕਿਲ੍ਹੇ ਦੀ ਗੱਲ ਆ ਜਾਂਦੀ ਹੈ ਨਾ, ਇਹ ਜਿਹੜੀ ਘਟਨਾ ਹੈ 1530 ਈਸਵੀ ਦੇ ਵਿੱਚ ਹੋ ਜਾਂਦੀ ਹੈ। ਅਤੇ ਜਦੋਂ ਪਿੱਛੇ ਅਸੀਂ ਦੇਖਦੇ ਹਾਂ ਭੈਣ ਨਾਨਕੀ ਜੀ ਦਾ ਜੀਵਨ, ਅਤੇ ਉਹ ਜਿਹੜਾ ਆਪਣਾ ਸਰੀਰ ਹੈ 1518 ਈਸਵੀ ਦੇ ਵਿੱਚ ਗੁਰੂ ਚਰਨਾਂ ਦੇ ਵਿੱਚ ਆਪਣੇ ਪ੍ਰਾਣ ਤਿਆਗ ਦਿੰਦੇ ਨੇ, ਅਤੇ 12 ਸਾਲ ਪਿੱਛੇ ਉਹਨਾਂ ਨੇ ਸਰੀਰ ਤਿਆਗ ਦਿੱਤਾ। ਅਤੇ ਰੱਖੜੀ ਜਿਹੜੀ ਹਮਾਂਜੂ ਦੇ ਸਮੇਂ ਘਟਨਾ ਵਾਰਤਾਲਾਪ ਮਿਲਦੀ ਹੈ, ਅਤੇ ਅਸੀਂ ਇਹ ਵਿੱਧ ਬਣਾ ਲਈ ਤਸਵੀਰ ਦੇਖ ਕੇ ਕਿ ਭੈਣ ਨਾਨਕੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਹੱਥ 'ਤੇ ਗੁੱਟ ਦੇ ਉੱਪਰ ਰੱਖੜੀ ਬੰਨ੍ਹਦੀ ਪਈ ਹੈ, ਅਤੇ ਇੱਥੋਂ ਰੱਖੜੀ ਜਿਹੜੀ ਪ੍ਰਚਲਿਤ ਹੋ ਗਈ। ਸੋ ਭਲਿਓ ਮੈਂ ਇੱਕ ਅਰਜ਼ ਕਰਾਂ, ਅਸੀਂ ਤਸਵੀਰ ਅਤੇ ਫੋਟੋ 'ਤੇ ਉੱਪਰ ਨਾ ਵਿਸ਼ਵਾਸ ਕਰੀਏ। ਗੁਰਮਤ 'ਤੇ ਤਸਵੀਰਾਂ ਦਾ ਖੰਡਨ ਕਰਦੀ ਹੈ, ਤਸਵੀਰਾਂ ਜਿਹੜੀ ਹੈ ਗੁਰਮਤ ਨਹੀਂ ਮੰਨਦੀ ਤਸਵੀਰਾਂ ਨੂੰ। ਤਸਵੀਰਾਂ ਦੇ ਉੱਪਰ ਅੱਜ ਖਿਲਵਾਟ ਹੁੰਦੀ ਹੈ, ਕਈ ਚੀਜ਼ਾਂ ਜਿਹੜੀਆਂ ਨੇ ਕਈ ਤਰੀਕੇ ਦੀਆਂ ਬਣਾਈਆਂ ਜਾਂਦੀਆਂ। ਅਤੇ ਮੈਂ ਇੱਕ ਭਲਿਓ ਅਰਜ਼ ਕਰਨੀ ਹੈ ਕਿ ਇਹ ਜਿਹੜਾ ਤਿਉਹਾਰ ਸਿੱਖ ਧਰਮ ਦਾ ਨਹੀਂ ਹੈ, ਅਤੇ ਇਹਨੂੰ ਨਾਮ ਨਹੀਂ। ਅਸੀਂ ਜਦੋਂ ਅਸੀਂ ਦੁਨਿਆਵੀ ਤੌਰ 'ਤੇ ਸੋਚਦੇ ਹਾਂ ਨਾ ਕਿ ਇੱਕ ਭੈਣ ਆਪਣੇ ਭਰਾ ਦੇ ਹੱਥ ਦੇ ਉੱਪਰ ਗੁੱਟ 'ਤੇ ਧਾਗਾ ਬੰਨ੍ਹ ਕੇ, ਰੱਖੜੀ ਬੰਨ੍ਹ ਕੇ ਆਖਦੀ ਹੈ ਕਿ ਵੀਰਾ ਤੂੰ ਮੇਰੀ ਰੱਖਿਆ ਕਰਨੀ ਹੈ, ਭਾਵ ਵਚਨ ਲੈਂਦੀ ਹੈ ਕਿ ਤੂੰ ਮੇਰੇ 'ਤੇ ਕੋਈ ਜ਼ੁਲਮ ਨਹੀਂ ਹੋਣ ਦੇਣਾ, ਤੂੰ ਮੇਰੇ 'ਤੇ ਸਦਾ ਤੱਤ ਬਰ ਤੱਤ ਜਿਹੜਾ ਤਿਆਰ ਰਹਿਣਾ, ਲਾਗੇ ਕੋਈ ਜ਼ੁਲਮ ਹੋਵੇ ਤਾਂ ਤੂੰ ਮੇਰੇ ਨੂੰ ਸਹਾਇਤਾ ਜਿਹੜੀ ਹੈ ਦੇ ਸਕੇਂ, ਭਾਵ ਮੇਰੇ 'ਤੇ ਕੋਈ ਜ਼ੁਲਮ ਨਾ ਹੋ ਸਕੇ, ਤੂੰ ਮੇਰੀ ਰੱਖਿਆ ਕਰ ਸਕੇਂ, ਇਹ ਵਚਨ ਲੈ ਲੈਂਦੀ ਹੈ। ਅਤੇ ਜਿਹੜੇ ਭਰਾ ਨੇ, ਹੁਣ ਜੇਕਰ ਅਸੀਂ ਗੱਲ ਕਰਦੇ ਹਾਂ ਭਰਾ, ਰੱਬ ਦੀ ਰਜ਼ਾ ਦੇ ਵਿੱਚ ਅਸੀਂ ਭਾਣੇ ਦੇ ਵਿੱਚ ਦੇਖਦੇ ਹਾਂ ਕਿ ਭਰਾ ਛੋਟਾ ਵੀ ਹੁੰਦਾ ਹੈ, ਅਤੇ ਭੈਣ ਦੀ ਉਮਰ ਜਿਹੜੀ ਵੱਡੀ ਹੁੰਦੀ ਹੈ। ਭਰਾ ਬਾਲਕ ਹੋਵੇ, ਬਾਲਕ ਅਵਸਥਾ ਦੇ ਵਿੱਚ ਹੁੰਦਾ ਹੈ, ਅਤੇ ਭੈਣ ਉਹਨੂੰ ਪੰਘੂੜੇ ਦੇ ਵਿੱਚ
ਖੜਾਉਂਦੀ ਵੀ ਹੈ, ਭਾਵ ਭੈਣ ਉਹਦੇ ਵਸਤਰ ਵੀ ਬਦਲਦੀ ਹੈ, ਭੈਣ ਉਹਦਾ ਨੱਕ ਵੀ ਸਾਫ ਕਰਦੀ ਹੈ। ਭੈਣ ਨੇ ਪਾਲਿਆ ਜਾਂ ਭਰਾ ਨੇ ਪਾਲਿਆ, ਹੁਣ ਰੱਖਿਆ ਇੱਥੇ ਭੈਣ ਕਰਦੀ ਪਈ ਹੈ ਜਾਂ ਭਰਾ ਕਰਦਾ ਪਿਆ ਭੈਣ ਦੀ? ਸੋ ਇੱਥੇ ਤਾਂ ਰੱਖਿਆ ਫਿਰ ਭੈਣ ਨੇ ਕੀਤੀ ਆਪਣੇ ਭਰਾ ਦੀ, ਅਤੇ ਫਿਰ ਉਹ ਗੁੱਟ 'ਤੇ ਰੱਖੜੀ ਬੰਨ ਕੇ ਉਹ ਬੱਚੇ ਨੂੰ ਕੀ ਆਖੇਗੀ, ਵੀਰਾ ਤੂੰ ਮੇਰੀ ਰੱਖਿਆ ਕਰਨੀ ਹੈ, ਅਤੇ ਉਹਨੂੰ ਆਪ ਸੰਭਾਲਦੀ ਪਈ ਹੈ। ਅੱਜ ਧੀ ਚੰਗੇ ਪੋਸਟ ਦੇ ਉੱਪਰ ਲੱਗੀ ਹੋਵੇ, ਜੱਜ ਹੋਵੇ ਕਿਸੇ ਚੰਗੀ ਪੋਸਟ ਦੇ ਉੱਪਰ ਹੋਵੇ, ਅਤੇ ਪ੍ਰਸ਼ਾਸਨ ਜਿਹੜਾ ਸਾਰਾ ਉਹਦੇ ਥੱਲੇ ਹੋਵੇਗਾ, ਕੰਮ ਕਰਦਾ ਹੋਵੇਗਾ, ਅਤੇ ਵੀਰ ਘਰ ਦੇ ਵਿੱਚ ਅਨਪੜ੍ਹ ਹੋਵੇਗਾ, ਨੌਕਰੀ ਨਹੀਂ ਹੋਵੇਗੀ, ਅਤੇ ਗੁੱਟ 'ਤੇ ਧਾਗਾ ਬੰਨ ਦੇਵੇ ਅਤੇ ਆਖੇਗਾ ਮੈਂ ਤੇਰੀ ਰੱਖਿਆ ਕਰਾਂਗਾ, ਪਰ ਪੜ੍ਹੀ ਲਿਖੀ ਧੀ ਆਖੇਗੀ ਮੇਰੇ ਥੱਲੇ ਸਾਰਾ ਪ੍ਰਸ਼ਾਸਨ ਹੈ, ਮੈਂ ਸਾਰਿਆਂ ਨੂੰ ਚਲਾ ਰਹੀ ਹਾਂ, ਭਾਵ ਤੇਰੀ ਵੀ ਰੱਖਿਆ ਮੈਂ ਕਰਾਂਗੀ, ਅਤੇ ਤੂੰ ਮੇਰੀ ਰੱਖਿਆ ਕਿੱਦਾਂ ਕਰ ਲਵੇਂਗਾ? ਪਰ ਜਦੋਂ ਅਸੀਂ ਰੱਖਿਆ ਦੀ ਗੱਲ ਕਰਦੇ ਹਾਂ, ਭਾਵ ਆਨੰਦ ਕਾਰਜ ਜਿਹੜੇ ਆਪਣੇ ਪਤੀ ਦੇ ਨਾਲ ਇੱਕ ਪਤਨੀ ਲੈਂਦੀ ਹੈ, ਅਤੇ ਰੱਖਿਆ ਦੀ ਜ਼ਿੰਮੇਵਾਰੀ ਜਿਹੜੀ ਸਾਰੀ ਉਸ ਪਤੀ ਦੇ ਸਿਰ 'ਤੇ ਆ ਜਾਂਦੀ ਹੈ, ਅਤੇ ਜੇਕਰ ਰੱਖਿਆ ਦੀ ਗੱਲ ਕਰਦੇ ਜੇ, ਭਾਵ ਵੀ ਸਾਡੀ ਰੱਖਿਆ ਹੀ ਕਰਨੀ ਇਸ ਧਾਗੇ ਨੇ, ਅਤੇ ਫਿਰ ਇਸ ਤਰ੍ਹਾਂ ਦੀ ਵਿੱਧ ਬਣਾ ਲਓਗੇ ਆਪਣੇ ਪਤੀ ਦੇ ਗੁੱਟ 'ਤੇ ਹੱਥ 'ਤੇ ਧਾਗਾ ਜਿਹੜਾ ਬੰਨ ਦੇਵੋਗੇ, ਰੱਖੜੀ ਬੰਨ ਦੇਵੋਗੇ ਕਿਤੇ? ਸੋ ਨਹੀਂ, ਇਹ ਕੰਮ ਸਾਡੇ ਕੋਲ ਹੋਵੇਗਾ ਨਹੀਂ। ਫਿਰ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਵਿੱਧ ਬਣਾਉਂਦੇ ਹਾਂ, ਮੈਂ ਇਤਿਹਾਸ ਦੇ ਵਿੱਚ ਆਪ ਜੀ ਦੇ ਨਾਲ ਵਾਰਤਾ ਸਾਂਝੀ ਕਰਾਂ, ਕਿਉਂ ਸਾਨੂੰ ਅੱਜ ਇਤਿਹਾਸ ਦੇ ਬਾਰੇ ਨਹੀਂ ਪਤਾ? ਅਸੀਂ ਤਾਂ ਹੀ ਪੁੱਠੇ ਮਾਰਗ ਦੇ ਧਾਰਨੀ ਬਣ ਚੁੱਕੇ ਹਾਂ, ਪੁੱਠੇ ਰਸਤੇ ਨੂੰ ਮਤਲਬ ਕਿ ਅਪਣਾ ਲਿਆ ਹੈ। ਜਦੋਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਜੀਵਨ ਪੜ੍ਹਦੇ ਜੇ, ਕਿਤੇ ਦੇਖਿਆ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਦੋ ਸਪੁੱਤਰ ਸੀ, ਬਾਬਾ ਦਾਸੂ ਜੀ, ਬਾਬਾ ਦਾਤੂ ਜੀ, ਉਹਨਾਂ ਨੇ ਰੱਖੜੀਆਂ ਬਣਾਈਆਂ ਸੀ ਕਿਤੇ ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ ਦੇ ਕੋਲੋਂ। ਇਤਿਹਾਸ ਦੇ ਵਿੱਚ ਜੇਕਰ ਤੁਸੀਂ ਪੜ੍ਹਿਆ ਹੋਵੇਗਾ ਤਾਂ ਦੱਸਿਓ, ਜੇ ਕਿਸੇ ਨੇ ਦੇਖਿਆ ਹੋਵੇ, ਕਿਸੇ ਨੇ ਆਪਣੇ ਨੇਤਰਾਂ ਦੇ ਨਾਲ ਇਤਿਹਾਸ ਦੇ ਪੰਨਿਆਂ ਨੂੰ ਦੇਖਿਆ ਹੋਵੇ ਕਿਤੇ, ਵੀ ਇਹਨਾਂ ਵੀ ਸਪੁੱਤਰੀਆਂ ਨੇ ਆਪਣੇ ਭਰਾਵਾਂ ਦੇ ਰੱਖੜੀਆਂ ਬੰਨੀਆਂ ਨੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਘਰੇ ਦੋ ਪੁੱਤਰ ਨੇ, ਦੋ ਪੁੱਤਰੀਆਂ ਨੇ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਇਹਨਾਂ ਨੇ ਕਿਤੇ ਬੀਬੀ ਦਾਨੀ ਜੀ, ਬੀਬੀ ਭਾਨੀ ਜੀ ਦੇ ਕੋਲੋਂ ਰੱਖੜੀ ਬਣਾਈ ਹੈ ਗੁੱਟ 'ਤੇ? ਨਹੀਂ ਬਣਾਈ, ਕਿਤੇ ਦੇਖਿਆ ਨਹੀਂ, ਮੈਂ ਅੱਜ ਤੱਕ ਪੜ੍ਹਿਆ ਨਹੀਂ ਕਿਤਾਬਾਂ ਦੇ ਵਿੱਚ। ਪਰ ਜਦੋਂ ਸਾਡੇ ਮਨ ਦੇ ਵਿੱਚ ਸੋ ਭਲਿਓ ਇਸ ਤਰ੍ਹਾਂ ਦੀਆਂ ਭਾਵਨਾ ਆ ਜਾਂਦੀਆਂ, ਅੱਗੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਜੀਵਨ ਦੇਖ ਲਵੋ, ਉਹਨਾਂ ਦੇ ਘਰੇ ਪੰਜ ਪੁੱਤਰ ਜਨਮ ਲੈਂਦੇ ਨੇ, ਇੱਕ ਧੀ ਜਨਮ ਲੈਂਦੀ ਹੈ। ਹੁਣ ਬੀਬੀ ਵੀਰੋ ਨੇ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮੱਲ ਜੀ, ਬਾਬਾ ਅਨੀ ਰਾਏ ਜੀ, ਬਾਬਾ ਅਟਲ ਰਾਏ ਜੀ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਗੁੱਟ ਦੇ ਉੱਪਰ ਕਿਤੇ ਰੱਖੜੀ ਬੰਨੀ ਹੈ? ਸੋ ਨਹੀਂ ਬੰਨੀ। ਪਰ ਸਾਨੂੰ ਅੱਜ ਸੋਚਣ ਦੀ ਲੋੜ ਹੈ, ਅਸੀਂ ਅੱਜ ਮਨ ਜਿਹੜਾ ਇਹ ਧਾਗੇ ਦੇ ਵਿੱਚ ਟਿਕਾ ਦਿੱਤਾ ਕਿ ਕੀ ਹੋ ਗਿਆ, ਇੱਕ ਧਾਗਾ ਭਰਾ ਦੇ ਗੁੱਟ ਦੇ ਉੱਪਰ ਬੰਨ ਕੇ ਆਖ ਦਿੱਤਾ ਹੈ ਕਿ ਸਾਡੀ ਤੂੰ ਰੱਖਿਆ ਕਰਨੀ ਹੈ। ਪਰ ਰੱਖਿਆ ਉਹ ਕਿੱਦਾਂ ਕਰੇਗਾ? ਪਰ ਜੇਕਰ ਅਸੀਂ ਰੱਖਿਆ ਦੀ ਗੱਲ ਕਰਦੇ ਹਾਂ, ਰੱਖਿਆ ਕਰਨ ਵਾਲਾ ਸਾਡਾ ਵਾਹਿਗੁਰੂ ਪਿਤਾ ਪਰਮਾਤਮਾ ਹੈ, ਪਰ ਉਹਦੇ ਨਾਮ ਦੇ ਅਸੀਂ ਨਾਲੋਂ ਦੂਰ ਹਾਂ, ਅਸੀਂ ਉਹਦੀ ਰੱਬ ਦੀ ਬਾਣੀ ਦੇ ਨਾਲੋਂ ਟੁੱਟੇ ਹੋਏ ਹਾਂ, ਅਸੀਂ ਦੁਨਿਆਵੀ ਤੌਰ 'ਤੇ ਆਪਣੇ ਭਰਾ ਨੂੰ ਆਖਦੇ ਹਾਂ ਕਿ ਸਾਡੀ ਰੱਖਿਆ ਕਰਦਾ ਹੈ। ਪਰ ਇਹ ਜਿਹੜਾ ਰੱਖੜੀ ਦਾ ਦਿਨ ਆਉਂਦਾ ਹੈ ਨਾ, ਸੋ ਮੈਂ ਇੱਕ ਅਰਜ਼ ਕਰਦੇ ਹਾਂ ਕਿ ਕਈਆਂ ਦਾ ਦਿਲ ਜਿਹੜਾ ਅਸੀਂ ਦਿਖਾਉਂਦੇ ਵੀ ਹਾਂ, ਜਿੰਨਾ ਭੈਣਾਂ ਦੇ ਭਰਾ ਨਹੀਂ ਹੈ ਉਹਨਾਂ ਦੇ ਵੀ ਮਨ ਦੁਖੀ ਨੇ, ਉਹ ਰੱਬ ਨੂੰ ਦੋਸ਼ ਦਿੰਦੀਆਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਿਤੇ ਸਾਨੂੰ ਵੀ ਵੀਰ ਦਿੰਦਾ, ਅਤੇ ਜਿੰਨਾ ਭਰਾਵਾਂ ਦੇ ਘਰੇ ਭੈਣਾਂ ਨਹੀਂ ਹੈ ਉਹ ਵੀ ਦੁਖੀ ਨੇ, ਉਹ ਵੀ ਵੀਰ ਆਖਦੇ ਨੇ ਕਿ ਰੱਬਾ ਸਾਨੂੰ ਕਿਤੇ ਅੱਜ ਭੈਣ ਦਿੰਦਾ, ਅਤੇ ਅਸੀਂ ਵੀ ਆਪਣੀ ਭੈਣ ਦੇ ਕੋਲੋਂ ਇਹ ਜਿਹੜਾ ਤਿਉਹਾਰ ਜਿਹੜਾ ਅਸੀਂ ਉਹਦੇ ਨਾਲ ਮਨਾ ਸਕਦੇ, ਭਾਵ ਸਾਡੇ ਗੁੱਟ ਦੇ ਉੱਪਰ ਧਾਗਾ ਬਣਦੀ, ਦੋ ਵੇਖ ਕੇ ਤਾਂ ਦੁਖੀ ਹੋਣਾ ਹੈ, ਪਰ ਅਸੀਂ ਪੁੱਠੇ ਕਰਮਾਂ ਨੂੰ ਕਮਾ ਕੇ ਫਿਰ ਵੀ, ਅਤੇ ਦੂਜਿਆਂ ਨੂੰ ਵੀ ਅਸੀਂ ਦੋਸ਼ ਜਿਹੜਾ ਦੋਸ਼ੀ ਆ ਕਰ ਦਿੰਦੇ ਹਾਂ, ਭਾਵ ਦੁੱਖ ਦੇ ਦਿੰਦੇ ਹਾਂ, ਫਿਰ ਉਹਨਾਂ ਨੇ ਦੋਸ਼ ਜਿਹੜਾ ਹੈ ਰੱਬ ਨੂੰ ਦੇਣਾ ਹੈ, ਅਤੇ ਦਿੰਦੇ ਕਿੰਨਾ ਕਰਕੇ? ਸਾਡੇ ਕਰਕੇ, ਕਿਉਂਕਿ ਅਸੀਂ ਪੁੱਠੇ ਮਾਰਗ 'ਤੇ ਚੱਲ ਗਏ। ਉਹ ਵੀ ਰੋਂਦੇ ਨੇ, ਕਰਲਾਉਂਦੇ ਨੇ, ਕੋਈ ਭੈਣ ਆਖਦੀ ਮੇਰੇ ਘਰੇ ਭਰਾ ਹੋਵੇ, ਅਤੇ ਕੋਈ ਜਿਹੜਾ ਭਰਾ ਵਾ ਕਹਿੰਦਾ ਕਿ ਮੈਨੂੰ ਅੱਜ ਭੈਣ ਨਹੀਂ ਦਿੱਤੀ, ਮੇਰੇ ਘਰੇ ਵੀ ਰੱਬਾ ਭੈਣ ਹੁੰਦੀ, ਦੁੱਖ ਤਾਂ ਹੁੰਦਾ ਹੀ ਹਰ ਕਿਸੇ ਨੂੰ। ਪਰ ਸੋ ਅਸੀਂ ਦੁੱਖ ਤਾਂ ਦਿੰਦੇ ਹਾਂ, ਪਰ ਇਹਦੇ ਨਾਲ ਨਾਲ ਕਦੀ ਸੋਚਿਆ ਹੈ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਤਸਵੀਰ 'ਤੇ ਆਪਣਾ ਮਨ ਜਿਹੜਾ ਟਿਕਾ ਲਿਆ, ਭਲਿਓ ਉਹੀ ਇਹ ਪਿਤਾ ਸੀ, ਉਹੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਨੇ ਬਚਪਨ ਦੇ ਵਿੱਚ ਜਨੇਊ ਨਹੀਂ ਪਾਇਆ, ਭਾਵ ਜਦੋਂ ਉਹਨਾਂ ਨੂੰ ਛੋਟੀ ਅਵਸਥਾ ਦੇ ਵਿੱਚ ਦੇਖਿਆ ਜਾਵੇ, ਪੰਡਿਤ ਦਰਦਿਆਲ ਨੇ ਜਨੇਊ ਪਾਉਣ ਲੱਗਾ ਹੈ, ਹੁਣ ਅਵਸਥਾ ਉਹ ਜਿਹੜੀ ਹੈ ਧਾਰਨ ਜਿਹੜੀ ਆਪਣੇ ਮਨ ਦੇ ਵਿੱਚ ਚੇਤੇ ਕਰਿਓ, ਹੁਣ ਪੰਡਿਤ ਦਰਦਿਆਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਨੇਊ ਪਾਉਣ ਲੱਗਾ ਇੱਕ, ਅਤੇ ਸਤਿਗੁਰੂ ਜੀ ਆਖਣ ਲੱਗੇ ਪੰਡਿਤ ਜੀ ਇਹ ਤਾਂ ਤੁਸੀਂ ਕੀ ਕਰਦੇ ਪਏ ਜੇ, ਇਹ ਕੀ ਹੈ ਧਾਗਾ, ਇਹਦਾ ਧਾਗੇ ਪਾਉਣ ਦਾ ਫਾਇਦਾ ਕੀ ਹੈ? ਸਤਿਗੁਰੂ ਨੇ ਬਾਣੀ ਵਿੱਚ ਸ਼ਬਦ ਉਚਾਰਨ ਕੀਤਾ ਹੈ, ਆਪ ਜੀ ਨੇ ਆਸਾ ਦੀ ਵਾਰ ਦੇ ਵਿੱਚ ਅੰਮ੍ਰਿਤ ਵੇਲੇ ਜਿਹੜੀ ਇਹ ਵਿਚਾਰ ਸਰਵਣ ਵੀ ਕੀਤੀ, ਸ਼ਬਦ ਸਰਵਣ ਕੀਤਾ ਹੈ ਭਾਈ ਸਾਹਿਬ ਜੀ ਦੇ ਪਾਸੋਂ,
दया कपा संतोख सूत जत गंढी सतवट ए जनेऊ जी का हई ता भांडे कत ना यह टुटे ना मन लगे ना यह जले ना जाए धन सो मानस नानका जो गल चले पाए। हुण गुरु पातशाह जी आखदे ने जे कि पंडित जी तुहाडे कोल इदां दा धागा हैगा है कि जिहनूं कदी मैल ना लगे जिहड़ा कदी टुटे ना भाव किसी चीज़ के नाल गंदगी ना इहनूं लगे भाव साफ होवे जेकर सदा लई निभण वाला है आत्मा नूं शांति देण वाला है सच्चा है जति सती भाव सच्चा है तो वह सानू जिहड़ा इह धागा पा दिओ असीं तुहाडा वह जनेऊ पाउण नूं तैयार हाँ। तो पंडित जी कहन लगे कि मेरे कोल तो इदा का जनेऊ नहीं हैगा इन्हें तो टुटना एक दिन क्यों ये धागा इन्हें टुट जाना असीं गुट के उपर धागा बनते हैं देखते हैं किन्ने क दिन कढ़दा कितने दो दिन मसा तीन दिन कढ़ जाएगा। तो गुरु नानक देव सच्चे पातशाह जी ने भलिओ इन्हां धागियां तवीतां का खंडन किया है पर अज असीं फिर भी वह धागियां दे विच अपनी सुरत नूं टका के रख दिता असीं अग्ञानी बन गए हैं भाव अग्ञान अपनी जिंदगी दे विच कमा लिया है। पर जदों गुरु नानक देव सच्चे पातशाह जी की सिक्ख्या नूं कमा लवांगे फिर सानूं समझ आ जाएगी कि वाकया ही असीं रब की बाणी दे नाल जुड़ीए साडी रख्या करन वाला कौन है ते असीं किहनूं समझ लिया है ते रख्या साडी करदा कौन है सतगुरु ही अकाल पुरख करदा है। हुण जेकर गल करिए माता के उधर मैं प्रतपाल करे सो क्यों मनो विसारीए मात गर्भ में आपन सिमरन दे तह तुम राखन हारे माता की गर्भ के वाहिगुरु परमात्मा रख्या करता है उत्थे हुण किन्ने धागा बन्निया हुंदा है हुण कोई धागे की उत्थे गल आई है कि रख्या तो वाहिगुरु परमात्मा करता है उत्थे कितें वह रख्या करवाउण वाला यह थोड़ी है भी रब नूं धागा बनदा होगा कि फिर ही परमात्मा आखदा जिन्ना चिर तू मेरे ते धागा ना बन्निया मैनूं वो जिहड़ा खुश ना कीता भरमण जिहड़े तेरे मन विच पैदा होए ने भरम जिहड़े वो मैनूं तू ना मेरे नाल कीते ते मैं तैनूं जिहड़ा ये रख्या नहीं करनी मैं तेरी रक्षा नहीं करनी मैं तेरी। सो नहीं सतगुरु देखते ने मन का प्रेम पर असीं अज की कीता है गुरु घर दे विच आए जंगले दे उपर भी असीं धागा रखड़ी जिहड़ी बन्न दित्ती है महाराज सतगुरु के पीड़े दे भी उपर थले जिहड़ी है रखड़ी बन्न दित्ती है पर पीड़े ते प्रकाश होए मेरे पिता गुरु ग्रंथ साहिब सच्चे पातशाह जी की बाणी कदी पढ़ के देखी है जिहदी बाणी का वचन है राखा एक हमारा स्वामी सारयां दी रख्या करन वाला वाहिगुरु परमात्मा केवल एक है उहनूं कदी देखिया है उहदे नाल ज्ञान जिहड़ी वार्तालाप कीती है तू धागे ते बन्नदा पिया है तू आखदा इदां मेरा बापू खुश हो जाएगा खुश इदां नहीं होना सतगुरु की बाणी का बचन जिहड़ा है साहब कहिंदे भलिया जे तू मेरी शरण में आना है आओ सिख सतगुरु के प्यारे हो गाओ सच्ची बाणी कदी बाणी का गायन कर ओ बाणी धुर की बाणी आई तिन सगली चिंत मिटाई ओ बापू की बाणी पढ़ बाणी गुरु गुरु है बाणी विच बाणी अमृत सारे गुरबाणी कह सेवक जन माने प्रतख गुरु निस्तारे सतगुरु के चरणों में आके अर्ज कराया कर परमात्मा इन्हों जे त्योहारों तो मैनू जड़ा एक पासे रख के अपने चरणों की शरण जी बख्शिश कर मेरे मन के वाहगुरु परमात्मा तेरी प्रीत पैदा होवे मैं तेरे शरण के आके ही अर्ज करा प्यारे इन बिद मिलन ना जाई मैं किए करम अनेक हार पर्यो स्वामी के द्वारे दीजे बुद्ध विवेका गुरु मेरे ते कृपा कर विसर ना ही दतार अपना नाम देहो गुण गावा दिन रात नानक चाओ एहो। सो भलियो मैं एक अर्ज करनी है सिख धर्म दे विच सिखां दा त्यार रखड़ी नहीं है ते असी इस रखड़ी तो दूर हो के बापू दी बाणी दा पल्ला फड़ लईए बापू दी बाणी दे नाल जुड़ जाइए सतगुरु सानू चंगा ज्ञान बख्शिश करके इस भवजल सागर दे विचों तरन दी समर्था जिहड़ी है दस दे।